ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਲਾਉਣੀ ਹੈ ਸਲਵਾਰ ਦੀ ਸਾਈਡ ਵਾਲੀ ਸੀਨ ਜਿਹਨੂੰ ਆਪਾਂ ਝੋਲੀ ਵਾਲੀ ਸੀਨ ਕਹਿੰਦੇ ਆ ਤੇ ਆਪਾਂ ਹੁਣ ਪੌਂਚਾ ਬਣਾਉਣ ਤੋਂ ਬਾਅਦ ਬਲ ਪਾਉਣ ਤੋਂ ਬਾਅਦ ਆਪਾਂ ਲਾਸਟ ਤੇ ਸਾਈਡ ਵਾਲੀ ਸੀਨ ਲਾਉਣੀ ਹੁੰਦੀ ਹੈ ਤੇ ਹੁਣ ਆਪਾਂ ਪੌਂਚਾ ਆ ਜਿਹੜਾ ਇੱਥੋਂ ਪੱਟ ਜਿਹੜੇ ਹੁੰਦੇ ਨੇ ਤੇ ਆ ਇਹਦੇ ਵਿੱਚ ਘਾਰ ਪੱਟ ਹੁੰਦਾ ਤੇ ਆਲੇ ਦੁਆਲੇ ਆਪਣੇ ਕੁੰਦੇ ਜਿਹੜੇ ਹੁੰਦੇ ਨੇ ਆ ਦੇਖੋ ਆ ਸੀਨ ਤੋਂ ਤੇ ਆ ਇੰਨੀ ਕੁੰਦੇ ਦੀ ਸੀਨ ਹੁਣ ਆਪਾਂ ਆ ਵਾਲੀ ਸੀਨ ਆ ਜਿਹੜੀ ਕੁੰਦੇ ਦੀ ਜਾਂਦੀ ਹੈ ਤੇ ਆ ਵਿਚਕਾਰ ਹੈਗਾ ਇੰਨਾ ਪੱਟ ਇਧਰਲੀ ਸੀਨ ਹੈਗੀ ਆਪਣੇ ਕੋਲੇ ਆਹ ਵਾਲੀ ਇੱਥੇ ਆ ਤੇ ਹੁਣ ਆਪਾਂ ਨੇ ਇਹ ਨੂੰ ਪਹਿਲਾਂ ਇਦਾਂ ਫੋਲਡ ਕਰ ਲੈਣਾ ਆਹ ਵਾਲੀ ਇਧਰਲੀ ਖੁੰਦੇ ਵਾਲੀ ਸੀਨ ਤੇ ਇਧਰਲੀ ਜਿਹੜੀ ਆਹਾ ਵਾਲੀ ਸੀਨ ਇਹ ਦੋਨੇ ਸੀਣਾ ਨੂੰ ਹਨਾ ਅੰਦਰਲੀ ਸਾਈਡ ਤੋਂ ਇਦਾਂ ਮਲਾ ਲੈਣਾ ਆ ਦੇਖੋ ਇਦਾਂ ਇਦਾਂ ਮਲਾ ਕੇ ਹੈਂ ਸੈਂਟਰ ਦੇ ਵਿੱਚੋਂ ਪਹੁੰਚੇ ਨੂੰ ਫੋਲਡ ਕਰ ਲੈਣਾ ਸੈਂਟਰ ਦੇ ਵਿੱਚੋਂ ਬਿਲਕੁਲ ਸੈਂਟਰ ਦੇ ਵਿੱਚੋਂ ਆਹ ਪੱਟ ਦੀ ਜਿਹੜੀ ਆ ਪੱਟ ਦੀ ਸੀਨ ਹੁੰਦੀ ਆ ਪੱਟ ਦੀਆਂ ਸੀਣਾ ਦੋਨੇ ਸੇਮ ਮਿਲਾ ਕੇ ਆਪਸ ਵਿੱਚ ਤੇ ਆਪਾਂ ਨੇ ਇਹ ਇਦਾਂ ਫੋਲਡ ਕਰ ਲਿਆ ਅੰਦਰ ਸਿੱਧਾ ਕਰ ਲਿਆ ਬਾਹਰ ਉਠਾ ਕਰ ਲਿਆ ਇਦਾਂ ਆਪਾਂ ਨੇ ਪਹੁੰਚਾ ਫੋਲਡ ਕਰਕੇ ਇਦਾਂ ਇਹਨੂੰ ਇਦਾਂ ਇਹਦੀ ਕਰੀਜ ਬਣਾ ਦੇਣੀ ਹੈ ਇੱਥੋਂ ਦੱਬ ਦੇਣਾ ਇਹ ਫੋਲਡ ਕਰ ਲਿਆ ਨਾ ਤੇ ਹੁਣ ਆਪਾਂ ਨੇ ਇੱਥੋਂ ਫੜ ਕੇ ਇਹਨੂੰ ਸਾਰੀ ਸਲਵਾਰ ਨੂੰ ਸੈੱਟ ਕਰਕੇ ਝੋਲੀ ਤੱਕ ਸੈੱਟ ਕਰਕੇ ਰੱਖ ਦੇਣਾ ਆ ਦੇਖੋ ਇਦਾਂ ਆਪਾਂ ਸੈੱਟ ਕਰਕੇ ਰੱਖ ਤਾ ਨਾ ਇਹਨੂੰ ਇੱਦਾਂ ਸੈਂਟਰ 'ਚੋ ਫੋਲਡ ਕਰਕੇ ਇੱਥੇ ਤੱਕ ਆਪਾਂ ਨੇ ਬਿਲਕੁਲ ਆਹ ਏਦਾਂ ਨਾਲ ਮਿਲਾ ਕੇ ਇਧਰੋਂ ਆਹ ਪੱਟ ਦੀ ਇਹਦੀ ਸੇਹ ਦੇ ਨਾਲ ਜਿਹੜਾ ਆਪਣਾ ਬਲ ਪਾਇਆ ਹੋਇਆ ਤੇ ਇਹਦਾ ਇਹਦੀ ਸੇਹ ਤੋਂ ਇੱਥੋਂ ਫੜ ਕੇ ਇਹਦਾ ਆਹ ਵਾਲੀ ਇੱਥੋਂ ਸਿੱਧੀ ਹੋਣੀ ਚਾਹੀਦੀ ਆ ਇੱਥੋਂ ਸਿੱਧੀ ਕਰਕੇ ਫਿਰ ਆਪਾਂ ਨੇ ਇਧਰ ਨੂੰ ਇੱਦਾਂ ਸੈੱਟ ਕਰ ਲੈਣਾ ਪਹਿਲਾਂ ਆਪਾਂ ਇੱਥੋਂ ਫੜ ਕੇ ਸਿੱਧੀ ਕਰਨੀ ਆ ਸਲਵਾਰ ਆਹ ਵਾਲੀ ਕਰੀਜ ਆਪਣੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਆਪਾਂ ਇਧਰੋਂ ਪੂਰਾ ਕਰਨ ਦੇ ਲਈ ਇਧਰੋਂ ਕਈ ਵਾਰ ਬਾਹਰ ਘੱਟ ਹੋ ਜਾਂਦੀ ਆ ਇਧਰੋਂ ਪੂਰਾ ਕਰਨ ਦੇ ਲਈ ਆਪਾਂ ਨੇ ਆਹ ਇਧਰੋਂ ਨਹੀਂ ਬਿੰਗ ਪਾਉਣਾ ਹੈਗਾ ਇਧਰੋਂ ਬਿਲਕੁਲ ਆਹ ਕ੍ਰੀਜ਼ ਦੇ ਨਾਲ ਆਹ ਬਲ ਜਿਹੜਾ ਆਪਣਾ ਪਾਇਆ ਹੁੰਦਾ ਇਹਨੂੰ ਇਹਦੀ ਸੇਧ ਨਾਲ ਇੱਥੋਂ ਫੜ ਕੇ ਆਪਾਂ ਨੇ ਇਦਾਂ ਸਲਵਾਰ ਨੂੰ ਸੈੱਟ ਕਰ ਲੈਣਾ ਜੇ ਬਾਹਰ ਘੱਟ ਹੋ ਵੀ ਰਹੀ ਆ ਵੈਸੇ ਤਾਂ ਜਦੋਂ ਅਪਰ ਕਟਿੰਗ ਕਰਦੇ ਨੇ ਉਦੋਂ ਪੂਰੀ ਬਾਹਰ ਘੱਟ ਬਿਲਕੁਲ ਕਟਿੰਗ ਕਰਦਨੇ ਹੁੰਦੇ ਆ ਜੇਕਰ ਹੋਵੇ ਵੀ ਮਾੜੀ-ਮੋਟੀ ਬਾਹਰ ਘੱਟ ਫਿਰ ਉਹਨੂੰ ਇਦਾਂ ਉਧਰੋਂ ਪੂਰਾ ਕਰਕੇ ਤਾਂ ਇੱਥੋਂ ਬਾਹਰ ਘੱਟ ਦੀ ਕਟਿੰਗ ਕਰਕੇ ਤੇ ਇਦਾਂ ਰੱਖ ਲੈਣੀ ਆ ਸਲਵਾਰ ਸੈੱਟ ਕਰਕੇ ਰੱਖ ਲਈ ਤੇ ਹੁਣ ਆਪਾਂ ਨੇ ਆਹ ਦੋਨੇ ਆਸਣਾਂ ਦੀਆਂ ਸੀਣਾਂ ਝੋਲੀ ਦੀਆਂ ਇਦਾਂ ਫੜ ਕੇ ਸੇਮ ਦੋਨੇ ਇੱਥੋਂ ਇਹ ਫੜ ਲੈਣੀਆਂ ਇਧਰੋਂ ਆਪਾਂ ਆਵਦੀ ਪੇਟੀ ਕੰਨੀਓ ਦੋਨੇ ਜੋੜ ਲੈਣੀਆਂ ਨੇ ਆਹ ਦੇਖੋ ਇਧਰੋਂ ਆਪਾਂ ਝੋਲੀ ਤੋਂ ਇਧਰੋਂ ਵੀ ਦੋਨੇ ਸੀਣਾ ਐਂ ਸੇਮ ਸੀਣਾ ਨਾਲ ਸੀਨ ਜੋੜ ਕੇ ਇਦਾਂ ਰੱਖ ਲਈਏ ਇਧਰੋਂ ਆਪਾਂ ਨੇ ਆਵਦੀ ਆਹ ਇਧਰੋਂ ਨੇਫੇ ਕੰਨੀਓ 벨ਟ ਦੀ ਸਣੇ 벨ਟ ਤੋਂ ਲੈ ਕੇ ਆਪਾਂ ਨੇ ਬਿਲਕੁਲ ਸੈੱਟ ਕਰਕੇ ਰੱਖ ਲਈ ਹੁਣ ਆਪਾਂ ਨੇ ਸਣੇ 벨ਟ ਦੇ ਆਪਾਂ ਆਪਦਾ ਆਸਣ ਮੈਣ ਲੈਣਾ ਪੂਰਾ ਆਪਾਂ ਨੇ ਹੁਣ ਇਹਦਾ 13.5 ਆਸਣ ਲਾਉਣਾ ਤਿਆਰ ਰੱਖਣਾ ਪੂਰਾ ਇਦਾਂ ਉੱਥੋਂ ਤੋਂ ਰੱਖ ਕੇ ਆਹ ਦੇਖੋ 13.5 ਉਰੇ ਬਣਦਾ ਆਪਾਂ ਨੇ 13.5 ਰੱਖ ਦੇਣਾ ਇਹਦੇ ਅੰਦਰ ਆਪਾਂ ਨੇ ਅੱਧਾ ਪੌਣਾ ਇੰਚ ਬਸ ਪੌਣਾ ਕੈਂਚ ਆਪਾਂ ਅੰਦਰ ਰੱਖਾਂਗੇ ਕਪੜਾ ਤੇ ਬਾਕੀ ਦੀ ਜੇ ਬਾਹਰ ਕੱਟ ਹੋਵੇ ਕਟਿੰਗ ਕਰ ਦੇਣੀ ਨਹੀਂ ਤਾਂ ਆਪਣਾ ਪਹਿਲਾਂ ਹੀ ਆਸਣ ਪੂਰਾ ਰੱਖਿਆ ਹੁੰਦਾ ਤਾਂ ਪੂਰਾ ਹੀ ਆਊਗਾ ਇੱਥੋਂ ਆਪਾਂ ਪੂਰਾ ਆਪਦੇ 13.5 ਦੇ ਉੱਤੇ ਆਸਣ ਦੀ ਨਿਸ਼ਾਨੀ ਲਾ ਲੈਣੀ ਆ ਆ ਦੇਖੋ ਹੁਣ ਆਸਣ ਦੀ ਇੱਥੇ ਤੱਕ ਆਪਾਂ ਇੱਥੇ ਤੱਕ ਸੀਨ ਲਾਵਾਂਗੇ ਆਸਣ ਦੀ ਉੱਪਰੋਂ ਆਪਦਾ ਆਸਣ ਪੂਰਾ ਕਰ ਲਿਆ ਆਪਾਂ ਇੱਥੇ ਤੱਕ ਝੋਲੀ ਦੀ ਸੀਨ ਇਹਦੇ ਅੰਦਰ ਇੰਨਾ ਕਪੜਾ ਰੱਖ ਕੇ ਇੱਥੇ ਤੱਕ ਸੀਨ ਲਾਉਣੀ ਆਪਾਂ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਇੰਚੀ ਟ ਇਹਦਰ ਮੂਰੀ ਤੇ ਹੁਣ ਇਹ ਮੂਰੀਆਂ ਦਾ ਬਿਲਕੁਲ ਸੇਮ ਹੋਣਾ ਚਾਹੀਦਾ ਨਾ ਬਾਹਰ ਘਟ ਇਦਾਂ ਉੱਚੀ ਨੀਮੀ ਨਹੀਂ ਹੋਣੀ ਚਾਹੀਦੀ ਦੋਨੇ ਐਨ ਬਿਲਕੁਲ ਪਹੁੰਚਾ ਸੈੱਟ ਕਰਕੇ ਰੱਖ ਲੈਣਾ ਤੇ ਆਪਾਂ ਹੁਣ ਨੀਚੇੋਂ ਜਿੰਨੀ ਆਪਾਂ ਆਪਦੀ ਮੂਰੀ ਤਿਆਰ ਰੱਖਣੀ ਆ ਹੁਣ ਉਹਦੀ ਨਿਸ਼ਾਨੀ ਲਾ ਦੇਣੀ ਆ ਕਿੰਨੀ ਮੂਰੀ ਤੁਸੀਂ ਤਿਆਰ ਰੱਖਣੀ ਆ 5 ਇੰਚ ਰੱਖਣੀ ਆ 6 ਇੰਚ ਰੱਖਣੀ ਆ ਜਾਂ 5.5 ਰੱਖਣੀ ਆ ਜਾਂ 6.5 ਜਿੰਨੀ ਤੁਸੀਂ ਆਪਦੀ ਤਿਆਰ ਮੂਰੀ ਆ ਉਹਦੀ ਨਿਸ਼ਾਨੀ ਲਾ ਦੋ ਆ ਦੇਖੋ ਹੁਣ ਮੈਂ 5.6 ਦੇ ਉੱਤੇ ਮੂਰੀ ਦਾ ਨਿਸ਼ਾਨ ਲਾਤਾ 5.6 ਦੇਖੋ ਆਪਾਂ نیچے ਹੁਣ ਪੂਰੀ ਮੈਂ ਪੌਣੇ 6 ਦੇ ਉੱਤੇ ਤਿਆਰ ਮੂਰੀ ਰੱਖਣੀ ਆ ਪੌਣੇ ਛੀ ਤੇ ਮੈਂ ਇੱਥੋਂ نیچے ਉਲਾ ਲਈਆ ਤੇ ਹੁਣ ਉੱਪਰੋਂ ਸਵਾ 1 ਇੰਚ ਉੱਪਰੋਂ ਲਾ ਦੇਣੀ ਆ ਜਿੰਨੀ ਤਿਆਰ ਮੂਰੀ ਆ ਉਹਦੇ ਤੋਂ ਸਵਾ 1 ਇੰਚ ਜੇ ਤਾਂ ਆਪਾਂ ਨੈਰੋ ਜੀ ਰੱਖਣੀ ਆ ਸਲਵਾਰ ਤੇ ਜੇਕਰ ਆਪਾਂ ਥੋੜੀ ਇਥੋਂ ਇਦਾਂ ਠੀਕ ਰੱਖਣੀ ਆ ਚੜਾਈ ਜੀ ਚ ਰੱਖਣੀ ਆ ਫੇਰ ਆਪਾਂ 1.5 ਇੰਚ ਤੇ ਲਾ ਦੇਣੀ ਆ ਤੇ ਇੰਨੇ ਕਰਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਤੇ ਆਪਾਂ ਹੁਣ ਇਹ ਸਵਾ 1 ਇੰਚ ਜ਼ਿਆਦਾ ਲਾ ਦੇਣੀ ਆ ਹੁਣ ਪੌਣੇ 6 ਤੇ ਲਾਈਆ ਆਪਾਂ ਨੇ 0.7 ਤੱਕ 1 7 ਤੱਕ 1.5 ਬਣਦਾ ਵਾ ਆਪਾਂ ਹੁਣ 7 ਇੰਚ ਦੇ ਉੱਤੇ ਆਪਾਂ ਇੱਥੇ ਉੱਪਰ ਨਿਸ਼ਾਨੀ ਲਾ ਦੇਣੀ ਆ 7 ਇੰਚ ਦੇ ਉੱਤੇ ਆਹ ਦੇਖੋ ਹੁਣ ਆਪਾਂ 7 ਇੰਚ ਦੇ ਉੱਤੇ ਇੱਥੇ ਉੱਪਰ ਲਗਾਤੀ ਆ ਠੀਕ ਆ ਹੁਣ ਆਪਾਂ 1.5 ਇੰਚ ਉੱਪਰ ਲਾ ਦੇਣੀ ਆ ਤਿਆਰ ਮੂਰੀ ਤੋਂ 1.5 ਇੰਚ 1.5 ਇੰਚ ਵੀ ਆਪਾਂ ਲਾ ਸਕਦੇ ਆ 0.7 ਤੇ ਵੀ ਲਾ ਸਕਦੇ ਸੀ ਪੌਣੇ 6 ਨੀਚੇ 0.7 ਉੱਪਰ 0.7 ਵੀ ਲਾ ਸਕਦੇ ਆ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਮੈਂ 1.5 ਤੇ ਲਾ ਲਈ ਆ ਤੇ ਥੋੜੀ ਜਿਹੀ ਆਪਾਂ ਜੀ ਨੈਰੋ ਜੀ ਰੱਖਣੀ ਹੁੰਦੀ ਆ ਤਾਂ ਥੋੜਾ ਜਿਹਾ ਸਵਾ 1 ਤੇ ਲਾ ਲਈ ਆ ਤੇ ਜੇਕਰ ਬਿਲਕੁਲ ਸਿੰਪਲ ਸਲਵਾਰ ਸੀਨੀ ਆ ਫਿਰ 1.5 ਇੰਚ ਤੇ ਇੱਥੇ ਉੱਪਰ 1.5 ਇੰਚ ਤੇ ਲਾ ਲੈਣੀ ਆ ਲਾ ਕੇ ਹੁਣ ਆਪਾਂ ਨੇ ਇਹਨਾਂ ਦੋਨੇ ਨਿਸ਼ਾਨਾਂ ਤੋਂ ਇਧਰੋਂ ਇਹ ਤੇ ਇਧਰੋਂ ਇਹ ਇਸੇ ਇਹਨਾਂ ਦੋਨੇ ਨਿਸ਼ਾਨਾਂ ਤੋਂ ਆਪਾਂ ਨੇ ਇਹਨੂੰ ਫੋਲਡ ਕਰ ਦੇਣਾ ਇਹਨੂੰ ਆਹ ਨਿਸ਼ਾਨ ਤੋਂ ਫੋਲਡ ਕਰ ਦੇਣਾ ਇਹਨੂੰ ਆਹ ਵਾਲੇ ਤੋਂ ਇਦਾਂ ਕਰਕੇ ਮੂਹਰੀ ਤੋਂ ਆਪਾਂ ਨੇ ਇਦਾਂ ਕਰਕੇ ਇਹਨੂੰ ਫੋਲਡ ਕਰ ਦੇਣਾ ਇਹਦੀ ਸੇਧ ਤੋਂ ਮੈਂ ਦੋ ਪ੍ਰਕਾਰ ਨਾਲ ਦੋਨੇ ਮੂਰੀਆਂ ਦੇਣਾ ਦੋਨੇ ਲਤਾਂ ਦੇ ਉੱਤੇ ਅਲੱਗ-ਅਲੱਗ ਦੋ ਪ੍ਰਕਾਰ ਦੀ ਸੀਨ ਲਾਉਣੀ ਦੱਸੂਗੀ ਵੀ ਕਿੱਦਾਂ ਲਾਉਣੀ ਆ ਆ ਦੇਖੋ ਪਹਿਲਾਂ ਤਾਂ ਆਪਾਂ ਇੱਥੋਂ ਸਵਾ 1 ਕੁੱਤੇ ਲਾ ਲਿਆ ਪੂਰੀ ਤਿਆਰ ਮੂਰੀ نیچے ਉਲਾਰੀ ਤੇ ਹੁਣ ਆਪਾਂ ਦੋਨੇ ਨਿਸ਼ਾਨਾ ਨੂੰ ਉਤੋਂ ਸਵਾ 1 ਜਿਆਦਾ ਵਾ ਤੇ ਇਸ ਕਰਕੇ ਇਹਨਾਂ ਦੋਨਾਂ ਨਿਸ਼ਾਨਾ ਨੂੰ ਆਪਾਂ ਨੇ ਇਦਾਂ ਮੇਲ ਕੇ ਇਦਾਂ ਇੱਥੋਂ ਆਪਾਂ ਨੇ ਫੋਲਡ ਕਰਕੇ ਇਦਾਂ ਇਹਨੂੰ ਟੇੜ ਦੇ ਵਿੱਚ ਇੱਥੋਂ ਫੜ ਕੇ ਇਦਾਂ ਟੇੜ ਦੇ ਵਿੱਚ ਇਹਨੂੰ ਇਦਾਂ ਪ੍ਰੈਸ ਕਰ ਲੈਣੀ ਆ ਇੱਥੋਂ ਜਿੱਦਾਂ ਆਪਣਾ ਗਾਹਾਂ ਦੀ ਗਾਹਾਂ ਜਿਵੇਂ ਝੋਲੀ ਵਿੱਚ ਪਾਉਣਾ ਕਿ 1 ਇੰਚ ਪਾਉਣਾ ਇੰਚ ਆਪਾਂ ਨੇ ਵਿੱਚ ਛੱਡਿਆ ਹੈ ਨਾ ਇੱਥੋਂ ਇਦਾਂ ਹੀ ਹੀ ਪਾਉਣਾ ਕਿ ਇੰਚ ਇਦਾਂ ਇੱਥੇ ਤੱਕ ਆ ਜਾਊਗੀ ਇਦਾਂ ਇਦਾਂ ਟੇੜ ਦੇ ਵਿੱਚ ਆਪਾਂ ਨੇ ਇਹਨੂੰ ਇਦਾਂ ਪ੍ਰੈਸ ਕਰ ਲੈਣਾ ਫਿਰ ਪ੍ਰੈਸ ਕਰਨ ਤੋਂ ਬਾਅਦ ਇੱਧਰ ਕਰੀਜ਼ ਆ ਜਾਊਗੀ ਆਹ ਦੀ ਆਹ ਕਰੀਜ਼ ਆ ਗਈ ਫਿਰ ਇਹਦੇ ਤੋਂ ਆਪਾਂ ਸਿੱਧੀ ਟੇੜ ਦੇ ਵਿੱਚ ਇੱਥੇ ਇਦਾਂ ਕਰਕੇ ਨਿਸ਼ਾਨੀ ਲਾ ਦੇਣੀ ਆ ਆਹ ਦੇਖੋ ਇਦਾਂ ਟੇੜ ਦੇ ਵਿੱਚ ਇੱਧਰ ਨੂੰ ਇੱਥੋਂ ਜ਼ਿਆਦਾ ਵਾ ਕੱਪੜਾ ਇੱਥੋਂ ਇਦਾਂ ਕਰਦੇ ਕਰਦੇ ਇੱਥੋਂ ਘਟਦਾ ਗਿਆ ਇੱਥੋਂ ਲਿਆ ਕੇ ਆਪਾਂ ਜਾ ਕੇ ਆਪਦਾ ਸਿੱਧਾ ਆ ਝੋਲੀ ਵਾਲੀ ਦੇ ਨਾਲ ਸੀਣ ਦੇ ਨਾਲ ਅਸਣ ਵਾਲੀ ਨਾਲ ਮਲਾ ਦੇਣਾ ਤੇ ਇਹ ਇੱਥੋਂ ਆਪਾਂ ਨੇ ਆਪਦੀ ਐ ਇੱਥੋਂ ਤੇ ਲੈ ਕੇ 15 ਕਿੰਚ ਤੱਕ ਆ 15 ਕਿੰਚ ਤੱਕ ਇਸ ਤੋਂ ਅੱਗੇ ਤਾਂ ਫਿਰ ਆਪਦੀ ਘੜਦੀ ਘੜਦੀ ਜਾ ਕੇ ਨਾਲ ਲੱਗੀ ਜਾਣੀ ਹੈ ਸੀਣ ਤੇ ਇੱਥੋਂ ਆਪਾਂ ਨੇ ਇਦਾਂ ਮੋੜ ਕੇ ਇੱਥੋਂ 15 ਇੰਚ ਇੱਥੇ ਤੱਕ ਇਹ țeੜ ਦੇ ਵਿੱਚ ਬਿਲਕੁਲ ਸਿੱਧੀ țeੜ ਦੇ ਵਿੱਚ ਹੋਣੀ ਚਾਹੀਦੀ ਹੈ ਇਥੋਂ ਨਹੀਂ ਵੀ ਇਦਾਂ ਇਦਾਂ ਥੋੜੀ 빙ੀ ਟੇਢੀ ਨਹੀਂ ਹੋਣੀ ਚਾਹੀਦੀ ਇਥੋਂ ਧਰ ਕੇ ਪ੍ਰੈਸ ਜਿਹੜੀ ਫਨੇ ਕਰਨੀ ਹੈ ਬਿਲਕੁਲ ਸਿੱਧੀ 15 ਇੰਚ ਤੱਕ ਇੱਥੇ ਤੱਕ ਬਿਲਕੁਲ ਪੂਰੀ ਤੇੜ ਦੇ ਵਿੱਚ ਸਿੱਧੀ ਹੋਣੀ ਚਾਹੀਦੀ ਹੈ ਸਟ੍ਰੇਟ ਲਾਈਨ ਹੋਣੀ ਚਾਹੀਦੀ ਹੈ ਇਧਰ ਨੂੰ ਟੇਢੀ ਤੇ ਇਸ ਫਿਰ ਇਧਰ ਆਪਾਂ ਨੇ ਇਦਾਂ ਦਬਕੇ ਨਿਸ਼ਾਨੀ ਲਾ ਦੇਣੀ ਆ ਇੱਥੇ ਤੱਕ ਆਪਣੀ ਪੂਰੀ ਸਿੱਧੀ ਹੋਣੀ ਚਾਹੀਦੀ ਆ ਇਸ ਤੋਂ ਅੱਗੇ ਆਪਾਂ ਨੇ ਇਦਾਂ ਕਰਕੇ ਜਾ ਕੇ ਆਸਣ ਲਾ ਦੇਣੀ ਆ ਇਹ ਹੋ ਗਈ ਇੱਕ ਬਰਕਰਾਰਨਾ ਹੁਣ ਆਪਾਂ ਇਹਦੇ ਤੇ ਸੀਨ ਲਾਵਾਂਗੇ ਤੇ ਸੀਨਾ ਮੈਂ ਦੋਨੇ ਤੁਹਾਨੂੰ ਅਲੱਗ-ਅਲੱਗ ਲਾ ਕੇ ਦਿਖਾਵਾਂਗੀ ਤੇ ਹੁਣ ਆਪਾਂ ਨੇ ਲਾਉਣੀ ਆ ਦੂਜੀ ਲੱਤ ਤੇ ਜੇਕਰ ਇਦਾਂ ਸੌਖਾ ਲੱਗਦਾ ਤੁਹਾਨੂੰ ਇਦਾਂ ਮੋੜ ਕੇ ਸਿੱਧਾਈ ਇੱਥੋਂ ਤਿਆਰ ਇੱਥੋਂ ਸਵਾ 1 ਇੰਚ ਜਾਂ 1.5 ਇੰਚ ਇੱਥੋਂ ਉੱਪਰ ਲਾ ਕੇ ਨਿਸ਼ਾਨੀ ਇਦਾਂ ਫੋਲਡ ਕਰਕੇ ਇਦਾਂ ਲਾ ਕੇ ਨਿਸ਼ਾਨੀ ਤੁਹਾਨੂੰ ਇਦਾਂ ਸੌਖੀ ਲੱਗਦੀ ਆ ਤਾਂ ਇਦਾਂ ਲਾ ਸਕਦੇ ਹਾਂ ਤੇ ਹੁਣ ਮੈਂ ਦੂਜੀ ਸਾਈਡ ਦੇ ਉੱਤੇ ਲਾ ਕੇ ਦੇਖੋ ਨਹੀਂ ਆ ਤੁਹਾਨੂੰ ਦੂਜੇ ਪ੍ਰਕਾਰ ਆਹ ਦੇਖੋ ਹੁਣ ਆਪਾਂ ਦੂਜੀ ਸਾਈਡ ਵੀ ਇਦਾਂ ਹੀ ਜਿਦਾਂ ਆਪਾਂ ਪਹਿਲਾਂ ਫੋਲਡ ਕਰੀ ਸੀ ਸੀਨ ਨਾਲ ਸੀਨ ਮਿਲਾ ਕੇ ਇਦਾਂ ਮੂਰੀ ਤੋਂ ਫੋਲਡ ਕਰਕੇ ਇਦਾਂ ਆਪਾਂ ਨੇ ਇਧਰਲੀ ਸਾਈਡ ਵੀ ਇਦਾਂ ਹੀ ਰੱਖ ਲੈਣੀ ਆ ਤੇ ਹੁਣ ਇੱਥੇ ਵੀ ਤਿਆਰ ਆਪਾਂ ਪੌਣੇ 6 ਆਪਦੀ ਤਿਆਰ ਮੂਰੀ ਜਿੰਨੀ ਥੋੜੀ ਤਿਆਰ ਮੂਰੀ ਆ ਤੁਸੀਂ ਓਨੀ ਲਾ ਲਓ ਆ ਦੇਖੋ ਪੌਣੇ 6 ਦੇ ਉੱਤੇ ਆਪਾਂ ਤਿਆਰ ਮੂਰੀ ਲਾਤੀ ਆ ਇੱਥੋਂ ਅੱਗੇ ਆਪਾਂ ਨੇ ਹੁਣ ਇੱਥੇ ਇਦਾਂ ਰੱਖ ਕੇ 7 ਦੇ ਉੱਤੇ ਸਵਾ 1 ਇੰਚ ਉਧਰ ਲਾਇਆ ਸੀ ਆਪਾਂ ਨੇ ਇੱਥੇ ਵੀ 7 ਇੰਚ ਦੇ ਉੱਤੇ ਇਧਰ ਨਿਸ਼ਾਨੀ ਲਾਤੀ ਆ ਉੱਪਰ ਠੀਕ ਆ ਹੁਣ ਆਪਾਂ ਇਹ ਦੋਨੇ ਨਿਸ਼ਾਨੀਆਂ ਤੋਂ ਇਦਾਂ ਉਹ ਦੂਜੀ ਸਾਈਡ ਤੇ ਪਹਿਲਾਂ ਫੋਲਡ ਕਰੀ ਸੀ ਨਾ ਇਹਦੇ ਤੋਂ ਵੀ ਇੱਥੋਂ ਤੋਂ ਆਪਾਂ ਮੂਰੀ ਤੋਂ ਦਾ ਫੋਲਡ ਕਰਨੀ ਆ ਇਦਾਂ ਇਦਾਂ ਫੋਲਡ ਕਰਕੇ ਇਹ ਇਦਾਂ ਰੱਖ ਲੈਣੀ ਆ ਤੇ ਹੁਣ ਇਸ ਤੋਂ ਅੱਗੇ ਆ ਇੱਥੋਂ ਆ ਆ ਵਾਲੀ ਨਿਸ਼ਾਨੀ ਤੋਂ ਇੱਥੋਂ ਐਂਚੀ ਟੇਪ ਰੱਖ ਲੈਣਾ ਇੱਥੋਂ ਰੱਖ ਕੇ ਇਦਾਂ ਬਿਲਕੁਲ ਇੱਥੋਂ ਦੱਬ ਕੇ ਰੱਖ ਲੈਣਾ ਇਧਰ ਲਈ ਸਹੀ ਤੋਂ ਬਿਲਕੁਲ ਦੱਬ ਕੇ ਰੱਖ ਲੈਣਾ ਇੱਥੇ 17 18 ਤੱਕ ਇਦਾਂ ਇੱਥੇ ਤੱਕ ਇਦਾਂ ਸਿੱਧਾ ਐਂਚੀ ਰੇਪ ਟੇਡ ਦੇ ਵਿੱਚ ਲਗਾ ਕੇ ਸਿੱਧਾ ਰੱਖਣਾ ਪੜ ਕੇ ਇੱਥੋਂ ਆ ਨਿਸ਼ਾਨੀ ਇਹਦੇ ਨਾਲ ਮਿਲਾ ਕੇ ਆ ਆ ਵਾਲੀ ਨਿਸ਼ਾਨੀ ਨਾਲ ਇੱਥੋਂ ਮਿਲਾ ਕੇ ਤੇ ਇਦਾਂ ਵੀ ਆਪਾਂ ਇਦਾਂ ਸਿੱਧੇ ਇਸ ਪਏ ਦੇ ਉੱਤੇ ਸਟ੍ਰੇਟ ਇਧਰ ਨੂੰ ਸਿੱਧੀ ਲਾਈਨ ਇੱਥੇ 18 17 18 ਤੱਕ ਸਿੱਧੀ ਕਰ ਦੇਣੀ ਆ ਇੱਥੋਂ ਸਿੱਧੀ ਇਹ ਤਾਂ ਇੰਚ ਟੇਪ ਰੱਖ ਕੇ ਲਾ ਦੇਣੀ ਆ ਤੇ ਇੱਥੋਂ ਆਪਾਂ ਨੇ ਲਾ ਕੇ ਫਿਰ ਇਦਾਂ ਘਟਦੀ ਘਟਦੀ ਪੌਣੇ ਇੱਕ ਇੰਚ ਦੀ ਇੱਥੇ ਤੱਕ ਆਪਾਂ ਨੇ ਝੋਲੀ ਤੱਕ ਲਾ ਦੇਣੀ ਆ ਦੇਖੋ ਇਦਾਂ ਰੱਖ ਲੈਣਾ ਫਿਰ ਆਪਾਂ ਨੇ ਇਹ ਇੱਥੋਂ ਮੂਰੀ ਕਿੰਨੀ ਉਹ ਸਟਾਰਟ ਹੋਣਾ ਆਪਾਂ ਨੇ ਦੋਨੇ ਮੂਰੇ ਇਦਾਂ ਇਕੱਠੀਆਂ ਕਰਕੇ ਨਾ ਇਦਾਂ ਰੱਖ ਕੇ ਆਪਾਂ ਆ ਸਿੱਧੀ ਲਾਈਨ ਤੋਂ ਇਦਾਂ ਇਹਦੇ ਤੇ ਸੀਨ ਲਾਉਣੀ ਸ਼ੁਰੂ ਕਰਦੇ ਆ ਆਪਾਂ ਇੱਕ ਲਾ ਦੇਣੀ ਆ ਫਿਰ ਦੋ ਤੀਜੀ ਵਾਰ ਉੱਥੋਂ ਤਿੰਨ ਵਾਰ ਸੀਨ ਇੱਥੋਂ ਲਾ ਕੇ ਨੰਨੀ ਮੂਰੀ ਤੋਂ ਤਿੰਨ ਵਾਰ ਲਾ ਕੇ ਫਿਰ ਆਪਣੀ ਤਨ ਸਿੱਧੀ ਸੀਨ ਲੈ ਕੇ ਆ ਜਣੀ ਉਹਨਾਂ ਪਾ ਝੋਲੀ ਦੇ ਵਿੱਚੋਂ ਪਹਿਲਾਂ ਇੱਥੋਂ ਇੱਕ ਵਾਰ ਲਏ ਉਧਰ ਨੂੰ ਫੇਰ ਇੱਧਰ ਨੂੰ ਆ ਤਿੰਨ ਸੀਨਾ ਆਪਾਂ ਝੋਲੀ ਦੇ ਵਿੱਚ ਕਰਤੀਆਂ ਇੱਥੇ ਤੱਕ ਇੱਧਰਲੀ ਸਾਈਡ ਤੋਂ ਹਲੇ ਇੱਧਰਲੀ ਸਾਈਡ ਆਪਾਂ ਮੋਹਰੀ ਵਾਲੀ ਲਾਉਣੀ ਆ ਹਲੇ ਤੇ ਇੱਧਰਲੀ ਸਾਈਡ ਤੱਕ ਇੱਥੇ ਤੱਕ ਆਪਾਂ ਨੇ ਆ ਝੋਲੀ ਵਾਲੀਆਂ ਇੱਥੇ ਤੱਕ ਤਿੰਨ ਸੀਨਾ ਪੱਕੀਆਂ ਕਰਤੀਆਂ ਨੇ ਹੁਣ ਆਪਾਂ ਨੇ ਇਹਦੀ ਇੱਧਰ ਸੀਨ ਲੱਗੀ ਹੋਈ ਆ ਬੜੀ ਸਾਈਡ ਤੇ ਇਹਨੂੰ ਆਪਾਂ ਨੇ ਦੋਨੇ ਥਨਾਂ ਨਾਲ ਇਦਾਂ ਖਿੱਚ ਲੈਣਾ ਜਿਹੜੀ ਲਾਈ ਹੋਈ ਸੀ ਆਪਣੀ ਇਦਾਂ ਸਾਰੀ ਸੀਨ ਨੂੰ ਆਪਾਂ ਨੇ ਖਿੱਚ ਲੈਣਾ ਜਿਹੜੇ ਤਾਂ ਅੱਗੇ ਟੁੱਟਦੇ ਨੇ ਟੁੱਟ ਜਾਣ ਦੋ ਆ ਦੇਖੋ ਖਿੱਚਣ ਦੇ ਨਾਲ ਇਦਾਂ ਤਾਂ ਅ ਇਹ ਸੀਨ ਨੂੰ ਟੁੱਟ ਜਾਣ ਤੋਂ ਜਿਹੜੀ ਟੁੱਟਦੀ ਐ ਇਦਾਂ ਪੂਰੀ ਖਿੱਚ ਲੈਣੀ ਆ ਚੰਗੀ ਤਰ੍ਹਾਂ ਖਿੱਚ ਕੇ ਧਾਗੇ ਤੋੜ ਦੇਣੇ ਜਿਹੜੀ ਸੀਨ ਦੇ ਧਾਗੇ ਟੁੱਟਦੇ ਨੇ ਟੁੱਟ ਜਾਣ ਦੋ ਤੇ ਫੇਰ ਆਪਾਂ ਜਿਹੜੀ ਹੁਣ ਫੇਰ ਸੀਨ ਲਾਉਣੀ ਆ ਉਸੇ ਸੀਨ ਦੇ ਉੱਤੇ ਇਦਾਂ ਉੱਥੋਂ ਝੋਲੀ ਕੰਨੀਓ ਫੇਰ ਸ਼ੁਰੂ ਹੋ ਜਾਣਾ ਆਪਾਂ ਨੇ ਖਿੱਚ ਕੇ ਲਾਉਣੀ ਆ ਜਦੋਂ ਇਹ ਖਿੱਚ ਕੇ ਲਾਵਾਂਗੇ ਫੇਰ ਆਪਾਂ ਨੂੰ ਖਿੱਚੇ ਦੇ ਟੁੱਟੂਗੀ ਨਹੀਂ ਸੀ ਆ ਦੇਖੋ ਇਦਾਂ ਇਹ ਰੂਫ ਲਾ ਕੇ ਡਬਲ ਸੀਨ ਕਰਕੇ ਹੁਣ ਆਪਾਂ ਇਧਰੋਂ ਦੂਜੀ ਵੀ ਮੂਰੀ ਕੰਨੀਓਂ ਸਟਾਰਟ ਹੋਣਾ ਵਾ ਇਦਾਂ ਹੀ ਇਧਰੋਂ ਸਟਾਰਟ ਹੋ ਜਾਣਾ ਆਪਾਂ ਨੇ ਇਦਾਂ ਸਟਾਰਟ ਹੋ ਕੇ ਇਹ ਆਪਾਂ ਮੂਰੀ ਮੂਰੀ ਦੇ ਉੱਤੇ ਹੀ ਤਿੰਨ ਲਾ ਦੇਣੀਆਂ ਨੇ ਤਿੰਨ ਸੀਨ ਤੇ ਇਦਾਂ ਲਾ ਕੇ ਇੱਥੇ ਤੱਕ ਲਾ ਕੇ ਫਿਰ ਇਥੋਂ ਕੱਟ ਕੇ ਮਸ਼ੀਨ ਇਦਾਂ ਹੀ ਸੂਈ ਵਿੱਚ ਰੱਖਣੀ ਆ ਤੇ ਇਦਾਂ ਆਪਾਂ ਇਥੋਂ ਫੇਰ ਇਧਰ ਨੂੰ ਲੈ ਜਾਣੀ ਆ ਆ ਦੇਖੋ ਇਹ ਇਦਾਂ ਦੋ ਵਾਰੀ ਤੇ ਫਿਰ ਇੱਥੋਂ ਫੇਰ ਸੂਈ ਵਿੱਚ ਰੱਖ ਕੇ ਇੱਥੋਂ ਆਪਾਂ ਨੇ ਫੇਰ ਆਹ ਤੀਜੀ ਸੀਨ ਲਾਉਣੀ ਆ ਇੱਕੋ ਹੀ ਸੀਨ ਦੇ ਉੱਤੇ ਆਉਣੀ ਚਾਹੀਦੀ ਹੈ ਸਾਰੀ ਸੀਨ ਉਹ ਝੋਲੀ ਤੱਕ ਲਾ ਕੇ ਆਪਾਂ ਇਹਨਾਂ ਨੂੰ ਫੇਰ ਮੋੜਨੀ ਆ ਫੇਰ ਆਪਾਂ ਨੇ ਆਹ ਸੀਨ ਫੇਰ ਖਿੱਚਣੀ ਆ ਇਹਦੇ ਧਾਗੇ ਜਿਹੜੇ ਸੀਨ ਵਿੱਚੋਂ ਟੁੱਟਦੇ ਨੇ ਤੋੜ ਦੇਣੇ ਆ ਫਿਰ ਆਪਾਂ ਖਿੱਚ ਕੇ ਹੀ ਸੀਨ ਲਾਉਣੀ ਆ ਇਹ ਫਿਰ ਜੇ ਆਪਾਂ ਆਹ ਚੀਜ਼ ਇਦਾਂ ਨਾ ਕੱਪੜੇ ਨੂੰ ਪਾਈ ਖਿੱਚ ਕੇ ਲਾਵਾਂਗੇ ਫੇਰ ਇਹ ਜਦੋਂ ਖਿੱਚੇਗਾ ਸੀਨ ਟੁੱਟੂਗੀ ਨਹੀਂ ਇਦਾਂ ਖਿੱਚ ਕੇ ਲਾਉਣੀਆਂ ਦੋਨੇ ਹੱਥਾਂ ਨਾਲ ਇੱਕ ਪਾਸੇ ਪਿੱਛੇੋਂ ਖਿੱਚ ਲੈਣੀ ਇੱਕ ਮੂਹਰੇ ਆਈ ਬਾੜੀ ਵੀ ਨਹੀਂ ਜਣੀ ਕਿ ਇਦਾਂ ਖਿੱਚ ਮੀ ਜੀ ਲਾ ਦਣੀ ਆ ਫਿਰ ਟੰਕਾ ਨਹੀਂ ਟੁੱਟਦੇ ਤੇ ਪਾ ਖਿੱਚਦੀ ਆ ਤੇ ਇਦਾਂ ਖਿੱਚ ਇਹਨੂੰ ਖਿੱਚਦੇ ਨੇ ਡਬਲ ਸੀਨ ਇਧਰਲੀ ਸਾਈਡ ਤੇ ਲਾ ਦੇਣੀ ਆ ਤੇ ਇਧਰਲੀ ਸਾਈਡ ਤੇ ਆਪਾਂ ਡਬਲ ਸੀਨ ਕਰ ਲਈ ਆ ਹੁਣ ਆਪਾਂ ਨੇ ਸਿੱਧੀ ਕਰਕੇ ਦੇਖਦੇ ਆ ਆ ਦੇਖੋ ਹੁਣ ਆਪਾਂ ਸਿੱਧੀ ਕਰ ਲਈ ਆ ਤੇ ਇੱਥੋਂ ਆਪਾਂ ਫੜ ਕੇ ਨਾ ਮੂਹਰੀ ਤੋਂ ਬਿਲਕੁਲ ਇਹਨੂੰ ਪਹਿਲਾਂ ਸਿੱਧੀ ਕਰਕੇ ਵੀ ਖਿੱਚ ਕੇ ਆ ਇੱਥੋਂ ਸੈੱਟ ਕਰ ਲੈਣਾ ਇਹਦੇ ਵਿੱਚ ਬਲਜ ਆਊਗਾ ਅੰਦਰਲੇ ਪਾਸੇ ਜਿਹੜੀ ਆ ਕੱਪੜਾ ਹੁੰਦਾ ਨਾ ਇਹਦੇ ਕਰਕੇ ਆਉਂ ਜਿਹੜੀ ਆਪਾਂ ਸਿੱਧੀ ਸੀਨ ਮੈਂ ਕਹਿੰਨੀ ਨਾ ਇੱਥੋਂ ਤੇ ਲੈ ਕੇ ਇਹ ਆ ਸਿੱਧੀ ਸੀਨ ਮਾਰਨੀ ਆ ਇਹ ਇੱਥੇ ਤੱਕ 17-18 ਇੰਚ ਤੱਕ ਆਪਾਂ ਨੇ ਸਿੱਧੀ ਮਾਰਨੀ ਆ ਇਦਾਂ ਜਿਹੜੀ ਆ ਚੀਜ਼ ਫਿਰ ਬਿਲਕੁਲ ਸਿੱਧੀ ਰਹੇ ਤੇ ਇਸ ਤੋਂ ਅੱਗੇ ਫਿਰ ਆਪਾਂ ਨੇ ਇਦਾਂ ਇਦਾਂ ਚਾਹ ਇੱਥੋਂ ਤੱਕ ਗੋਲ ਜੀ ਵੀ ਹੋ ਜੂਗੀ ਆ ਦੇ ਇੱਥੋਂ ਤੇ ਲੈ ਕੇ ਫਿਰ ਇਦਾਂ ਆਪਾਂ ਝੋਲੀ ਤੱਕ ਸੀਨ ਲਾ ਦੇਣੀ ਆ ਇਦਾਂ ਲਾਤੀ ਆ ਨਾ ਇੱਥੇ ਤੱਕ ਤੇ ਇੱਥੋਂ ਆਪਣੀ ਸ਼ੇਪ ਬਿਲਕੁਲ ਇਦਾਂ ਟੇੜ ਦੇ ਵਿੱਚ ਸਿੱਧੀ ਹੋਣੀ ਚਾਹੀਦੀ ਆ ਤੇ ਇਦਾਂ ਹੀ ਮੈਂ ਤੁਹਾਨੂੰ ਦੂਜੀ ਲੱਤ ਵੀ ਦਿਖਾਉਣੀ ਆ ਆ ਦੇਖੋ ਆ ਦੁਜੀਲਾਤ ਵੀ ਇਦਾਂ ਫਿਰ ਖਿੱਚ ਕੇ ਇਥੋਂ ਫੜ ਕੇ ਨਾ ਮੂਰੀ ਤੋਂ ਇਦਾਂ ਬਿਲਕੁਲ ਸਿੱਧੀ ਕਰਦਣੀ ਆ ਆ ਸੀਨ ਤੋਂ ਇੱਥੇ ਪ੍ਰੈਸ ਕਰ ਲੈਣੀ ਆ ਫਿਰ ਇਦਾਂ ਆ ਆ ਚੀਜ਼ ਬਿਲਕੁਲ ਇਥੋਂ ਸਿੱਧੀ ਰੱਖਣੀ ਆ ਜਦੋਂ ਆ ਚੀਜ਼ ਸਿੱਧੀ ਆਪਾਂ ਨਿਸ਼ਾਨੀ ਸਿੱਧੀ ਲਾ ਲਈ ਉਹਦੇ ਉੱਤੇ ਹੀ ਆਪਾਂ ਨੇ ਸੀਨ ਲਾਉਣੀ ਆ ਫਿਰ ਆ ਚੀਜ਼ ਇਥੋਂ ਸਿੱਧੀ 17 18 ਇੰਚ ਤੱਕ ਸਿੱਧੀ ਰੱਖ ਕੇ ਤੇ ਇਸ ਤੋਂ ਕੇ ਆਪਾਂ ਨੇ ਆਵਦਾ ਅੱਦਾ ਪਾਉਣਾ 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 ਇੰਚ ਅੰਦਰ ਉਹ ਝੋਲੀ ਤੱਕ ਅੰਦਰ ਰੱਖ ਕੇ ਕੱਪੜਾ ਸੀਨ ਲਾ ਦੇਣੀ ਆ ਇਥੋਂ ਆਪਣਾ ਜ਼ਿਆਦਾ ਹੁੰਦਾ ਹੁੰਦਾ ਵਾ ਇਥੋਂ ਜ਼ਿਆਦਾ ਕੱਪੜਾ ਇਦਾਂ ਸਿੱਧੀ ਸਿਉਣ ਮਾਰਨ ਲਈ ਇਦਾਂ ਲਾ ਕੇ ਇਿੱਦਾਂ ਇਸ ਤੋਂ ਅੱਗੇ ਪੌਣਾ ਪੌਣਾ ਇੰਚ ਆਜੂ ਇੱਥੇ ਤੱਕ ਲਾ ਦੇਣਾ ਤੇ ਹਾਂਜੀ ਤੇ ਜਿਹੜੀ ਮੈਂ ਇਹਦੇ ਬਲ ਪਾਏ ਸੀ ਆ ਦੇਖੋ ਆ ਜਿਹੜਾ ਮੂਹਲਾ ਬਲ ਦਾ ਪੱਟ ਦਾ ਵਾਲਾ ਇਹ ਐਨ ਦੇਖੋ ਇਹਨ ਮੂਹਰੇ ਦੇ ਉੱਤੇ ਇੱਥੇ ਮੂਹਰੇ ਇਕੱਲਾ ਬਲ ਇੱਦਾਂ ਮੂਹਰੇ ਖੜੂਗਾ ਇਹ ਇੱਥੇ ਵਿਚਕਾਰ ਇਹ ਬਿਲਕੁਲ ਵੀ ਇੱਕ ਸਾਈਡ ਤੇ ਨਹੀਂ ਜਾਂਦੀ ਹੈਗੀ ਸਲਵਾਰ ਇੱਦਾਂ ਮੂਹਰੇ ਹੀ ਰਹੂਗੀ ਇਹ ਕਰੀਜ਼ ਵਾਲ ਬਲ ਤੇ ਇਹਦੇ ਬਲ ਪਾਏ ਨੇ ਜਿਹੜੇ ਉਹਦੀ ਵੀ ਵੀਡੀਓ ਦੇਖ ਲਿਓ ਜੇ ਨਹੀਂ ਵੀ ਮਿਲਦੀ ਤਾਂ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗੀ ਤੇ ਮੈਨੂੰ ਦੱਸ ਦਿਓ ਤੇ ਲਾਈਕ ਜਰੂਰ ਕਰਦੇ ਕਰੋ ਜੇਕਰ ਪਸੰਦ ਆਉਂਦੀ ਹੁੰਦੀ ਹੈ ਤੇ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦ ਜੀ